ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਦੇ ਪਿਆਰਿਓ, ਗੁਰਬਾਣੀ ਸਤਿਗੁਰਾਂ ਨੇ ਆਪਾਂ ਨੂੰ ਵੈਸੇ ਪਹਿਲਾਂ ਹੀ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਨਾਮ ਨਿਧੀ 18 ਸਿੱਧੀ, ਪਿੱਛਾ ਲੱਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ। ਨਵ ਨਿਧੀ, ਨਵ ਨਿਧੀਆਂ, 18 ਸਿੱਧੀਆਂ, ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਮਹਾਰਾਜ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ, ਜਿਹਦੇ ਅੰਦਰ ਵਾਹਿਗੁਰੂ ਵੱਸ ਗਿਆ। ਕਿਹਦੇ ਅੰਦਰ ਵੱਸਦਾ ਹੈ? ਜਿਹੜਾ ਨਿਰੰਤਰ ਜਾਪ ਕਰੇਗਾ, ਨਿਰੰਤਰ ਲਗਾਤਾਰ ਜਾਪ ਕਰੇਗਾ। ਲਗਾਤਾਰ ਜਾਪ ਜੇ ਕਰੋਗੇ ਗੁਰੂ ਕੇ ਪਿਆਰੇ, ਫਿਰ ਹੀ ਪ੍ਰਭੂ ਹਿਰਦੇ ਚ ਵੱਸਦੇ ਨੇ। ਕਿਉਂਕਿ ਲੈ ਨਹੀਂ ਟੁੱਟਣੀ ਚਾਹੀਦੀ, ਹਨਾ। ਲੈ ਤੋਂ ਭਾਵ ਇਹ ਹੈ ਬਈ ਨਿਰੰਤਰ ਰੋਜ਼ ਜਾਪ ਕਰੋ, ਰੋਜ਼ ਜਾਪ ਕਰੋ। ਗੱਲ ਆਈ ਹੈ ਮੂਲ ਮੰਤਰ ਸਾਹਿਬ ਦੀ। ਸੰਤ ਮਹਾਤਮਾ ਲੋਕ ਕਿਉਂ ਇਹ ਗੱਲ ਮੰਨਦੇ ਨੇ ਬਈ ਮੂਲ ਮੰਤਰ ਦੇ ਨਾਲ ਸਾਰੀ ਚੀਜ਼ ਸਹਿਜੇ ਹੀ ਪ੍ਰਾਪਤ ਹੋ ਜਾਂਦੀ, ਹਨਾ। ਬਈ ਜ਼ਿਆਦਾ ਯਤਨ ਨਹੀਂ ਕਰਨਾ ਪੈਂਦਾ, ਬਈ ਮੂਲ ਮੰਤਰ ਦੇ ਨਾਲ ਹਰ ਚੀਜ਼ ਖਿੱਚੀ ਚਲੀ ਆਉਂਦੀ, ਚਾਹੇ ਉਹ ਸੰਸਾਰੀ ਤਰੱਕੀ ਹੈ ਜਾਂ ਆਤਮਿਕ ਤਰੱਕੀ ਹੈ। ਇੱਕ ਵੀ ਸੰਤ ਐਸਾ ਨਹੀਂ ਹੈਗਾ, ਮਹਾਂਪੁਰਖ ਜਿਹੜੇ ਬ੍ਰਹਮ ਗਿਆਨੀ ਪਹਿਲਾਂ ਹੋਏ ਨੇ, ਹੁਣ ਵੀ ਜਿਹੜੇ ਕਈ ਗੁਰਸਿੱਖ ਉੱਚੀ ਅਵਸਥਾ ਵਾਲੇ, ਜਿਹੜੇ ਇਹ ਨਾ ਕਹਿੰਦੇ ਹੁਣ ਵੀ ਮੂਲ ਮੰਤਰ ਦਾ ਜਾਪ, ਹਨਾ, ਉਹ ਸਾਰੇ ਕਹਿੰਦੇ ਮੂਲ ਮੰਤਰ, ਕਹਿੰਦੇ ਮੂਲ ਮੰਤਰ ਬਹੁਤ ਪਾਵਰਫੁਲ ਹੈ। ਹੈ ਵੀ ਹੈ ਮੂਲ ਮੰਤਰ ਔਖਦ ਹਰਨਾਮ। ਜਿਹੜਾ ਮੂਲ ਮੰਤਰ ਹੈ ਇਹ ਮੂਲ ਹੈ ਸਾਰੀ ਚੀਜ਼ ਦਾ, ਇਹ ਚੋਂ ਚੀਜ਼ ਪੈਦਾ ਹੋਈ, ਸਾਰਾ ਕੁੱਲ ਬ੍ਰਹਿਮੰਡ ਚੋਂ ਪੈਦਾ ਹੋਇਆ ਹੈ। ਮੂਲ ਮੰਤਰ ਸਾਹਿਬ ਅੱਖਰ ਨਹੀਂ ਹੈਗੇ। ਸਭ ਤੋਂ ਪਹਿਲੀ ਗੱਲ, ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਹੀ ਨਾਨਕ ਹੋਸੀ ਵੀ ਸੱਚ ਤੱਕ ਹੈ। ਕਈ ਕਹਿਣਗੇ ਗੁਰਪ੍ਰਸਾਦ ਤੱਕ, ਨਹੀਂ, ਨਾਨਕ ਹੋਸੀ ਵੀ ਸੱਚ ਤੱਕ ਅਭਿਆਸੀਆਂ ਨੇ ਜਪਿਆ। ਜਿਨ੍ਹਾਂ ਨੇ ਜਾਪ ਨਹੀਂ ਕਰਨਾ ਹੁੰਦਾ ਉਹ ਤਾਂ ਬਹਾਨੇਬਾਜ਼ੀ ਕਰ ਦਿੰਦੇ, ਛੋਟਾ ਮਿਲ ਜੇ, ਕੋਈ ਨਾ ਥੋੜ੍ਹਾ ਕਰਨਾ ਪਵੇ, ਉਹਨਾਂ ਦੀ ਤਰੱਕੀ ਵੀ ਨਹੀਂ ਹੁੰਦੀ ਹੁੰਦੀ। ਜਿਹੜੇ ਬੰਦੇ ਸ਼ੰਕਾ ਕਰਦੇ ਨਾਮ ਦੇ ਉੱਤੇ, ਉਹ ਤਰੱਕੀ ਨਹੀਂ ਕਰ ਸਕਦੇ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਵਾਸ ਦੀ ਲੋੜ ਹੁੰਦੀ। ਭਗਤੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੀ ਵਿਸ਼ਵਾਸ ਹੈ। ਜਿਸ ਕਾ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਤੋਂ ਕੰਮ ਸ਼ੁਰੂ ਹੁੰਦਾ, ਚਾਹੇ ਤੁਹਾਡਾ ਵਿਸ਼ਵਾਸ ਹਜੇ ਉਤਨਾ ਪੱਕਾ ਨਹੀਂ ਹੈ, ਹਜੇ ਤੁਸੀਂ ਲੱਗੇ ਹੋ, ਪਰ ਉਹ ਓਨਾ ਕੁ ਵਿਸ਼ਵਾਸ ਰੱਖ ਕੇ ਵੀ ਜੇ ਕਰੀ ਜਾਓਗੇ ਨਾ, ਅਕਾਲ ਪੁਰਖ ਨੇ ਦੇਖਣਾ ਵੀ ਇਹ ਲੱਗਿਆ ਹੋਇਆ, ਮਹਾਰਾਜ ਨੇ ਦੇਖਣਾ ਵੀ ਲੱਗਿਆ ਹੋਇਆ ਹੈ, ਵੀ ਕੋਈ ਨਹੀਂ। ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ, ਤੁਹਾਡਾ ਮਨ ਡੋਲਣਾ ਨਹੀਂ ਚਾਹੀਦਾ, ਮਨ 'ਚ ਇਹ ਫੁਰਨਾ ਨਹੀਂ ਆਉਣਾ ਚਾਹੀਦਾ ਵੀ ਹਾਏ ਪਤਾ ਨਹੀਂ ਹੋਣਾ, ਪਤਾ ਨਹੀਂ ਨਹੀਂ ਹੋਣਾ। ਜੇ ਨਾਮ ਜਪਦੇ ਹੋ ਨਾ, ਇੱਕ ਗੱਲ ਮਨ 'ਚ ਬਿਠਾ ਲੈਣੀ ਹੈ ਬਈ ਮੇਰਾ ਸਤਿਗੁਰੂ ਵੱਡਾ ਹੈ, ਹੋਏਗਾ, ਕਿਰਪਾ ਹੋਏਗੀ। ਆਮ ਬੰਦੇ ਦੇ ਨਾਲ ਕੀ ਹੋ ਜਾਂਦਾ ਹੈ ਨਾ, ਉਹ ਨਾਮ ਜਪਦੇ 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 ਨਾ ਉਹ ਡੋਲ ਜਾਂਦੇ, ਨਾਮ ਵੀ ਜਪੀ ਜਾਂਦੇ ਹੁੰਦੇ ਨਾਲ ਨਾ, ਉਹ ਡੋਲ ਵੀ ਜਾਂਦੇ, ਪਤਾ ਨਹੀਂ ਹੋਣਾ, ਪਤਾ ਨਹੀਂ ਕੀ ਹੋਣਾ ਹੈ, ਕੀ ਨਹੀਂ ਨਹੀਂ। ਤੁਹਾਨੂੰ ਨਹੀਂ ਪਤਾ ਹੈਗਾ, ਉਹ ਨਾਮ ਆਪਣਾ ਕੰਮ ਕਰਦਾ ਜਾ ਰਿਹਾ, ਆਪਾਂ ਨੂੰ ਨਹੀਂ ਪਤਾ ਹੁੰਦਾ।
ਨਾਮ ਆਪਣੀ ਸ਼ਕਤੀ ਆਪਣੀ ਕਿਰਪਾ ਕਰੀ ਜਾ ਰਿਹਾ ਹੁੰਦਾ, ਕਰਮ ਅੱਗੇ ਵਾਲੇ ਸਾਫ਼ ਕਰੀ ਜਾ ਰਿਹਾ, ਮਾੜੇ ਜਿਹੜੇ ਆਉਣ ਵਾਲੇ ਪਏ ਆ ਪਿੱਛੇ ਜਿਹੜੇ ਕੀਤੇ ਹੋਏ ਉਹਨਾਂ ਨੂੰ ਸਾਫ਼ ਕਰੀ ਜਾ ਰਿਹਾ, ਉਹ ਜਿੱਦਣ ਤੁਹਾਨੂੰ ਫਾਈਨਲ ਰਿਜ਼ਲਟ ਆਉਣਾ ਹੈ। ਹਮਾਰੇ ਬੱਚੇ ਜੋ ਹੈ ਵੋ ਇਤਨਾ ਗਰੀਬ ਹੈ। ਉਦੋਂ ਤੁਸੀਂ ਕਹਿਣਾ ਵੀ ਵਾਹ ਪ੍ਰਭੂ ਵਾਹ ਪ੍ਰਭੂ ਵਾਹ ਪ੍ਰਭੂ, ਠੀਕ ਹੈ। ਇਸ ਇਹ ਹੁਣ ਮੈਂ ਤੁਹਾਨੂੰ ਬੇਨਤੀਆਂ ਪਹਿਲਾਂ ਤਾਂ ਕਰ ਰਿਹਾ ਕਿਉਂਕਿ ਇਹ ਜ਼ਰੂਰੀ ਨੇ, ਸਾਰੇ ਇਹ ਸੋਚਦੇ ਜ਼ਿਆਦਾਤਰ, ਪਤਾ ਨਹੀਂ ਵੈਸੇ। ਇਸ ਤੋਂ ਵੀ ਉੱਚੀ ਚੰਗੀ ਚੀਜ਼ ਇਹ ਹੈ ਜੇ ਤੁਸੀਂ ਕੋਈ ਆਸ ਰੱਖੋ ਹੀ ਨਾ ਵੀ ਕਦੋਂ ਕੀ ਹੋਣਾ, ਸਾਰਾ ਕੁਛ ਵਾਹਿਗੁਰੂ 'ਤੇ ਛੱਡ ਦਿਓ। ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਜਿਹੜਾ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਾ ਹੈ, ਨਾਮ ਜਪਣਾ ਬਹੁਤ ਵੱਡੀ ਸੇਵਾ ਹੈ ਅਕਾਲ ਪੁਰਖ ਦੀ, ਨਾਮ ਜਪਣਾ ਅਕਾਲ ਪੁਰਖ ਦੀ ਸਿੱਧੀ ਸੇਵਾ ਹੈ, ਠੀਕ ਹੈ ਨਾ। ਨਾਮ ਜਪਣਾ ਕੀ ਹੈ? ਅਕਾਲ ਪੁਰਖ ਦੀ ਸਿੱਧੀ ਸੇਵਾ ਹੈ, ਸਿੱਧੀ ਡਾਇਰੈਕਟ ਅਕਾਲ ਪੁਰਖ ਦੀ ਸੇਵਾ ਕਰ ਰਹੇ ਹੋ, ਠੀਕ ਹੈ। ਸੋ ਇਹ ਨਾ ਸਮਝੋ ਕਿਤੇ ਨਾਮ ਜਪਣਾ ਸੇਵਾ ਨਹੀਂ, ਨਹੀਂ, ਨਾਮ ਜਪਣਾ ਵੀ ਸੇਵਾ ਹੈ, ਬਾਣੀ ਪੜ੍ਹਨੀ ਵੀ ਸੇਵਾ ਹੈ, ਇਹ ਅੰਤਰੀਵ ਚੀਜ਼ ਹੈ ਸਾਰੀ, ਅੰਦਰੋਂ ਆਤਮਾ ਦੀ ਸੇਵਾ ਹੋ ਰਹੀ, ਆਤਮਾ ਦੀ ਸਫਾਈ ਹੋ ਰਹੀ। ਜਦੋਂ ਉਸ ਆਤਮਾ ਨੇ ਅੰਦਰੋਂ ਸਾਫ਼ ਹੋ ਜਾਣਾ, ਉਹਨੇ ਵਾਹਿਗੁਰੂ ਨਾਲ ਮਿਲ ਜਾਣਾ, ਕਿੱਡੀ ਵੱਡੀ ਸੇਵਾ ਹੈ। ਜਿਹੜੀ ਆਪਾਂ ਹੱਥੀਂ ਸੇਵਾ ਕਰਦੇ ਹਾਂ ਉਹ ਸੰਗਤ ਦੀ ਸੇਵਾ ਹੋਊਗੀ, ਆਪਾਂ ਗੁਰੂ ਕੀ ਸੰਗਤ ਆ ਰਹੀ ਹੈ ਉਹਦੀ ਸੇਵਾ ਕਰ ਰਹੇ ਹਾਂ, ਜਾਂ ਜੋ ਵੀ ਤੁਸੀਂ ਉਹ ਸੰਗਤ ਦੀ ਸੇਵਾ। ਇਹ ਜਿਹੜੀ ਸੇਵਾ ਹੈ ਇਹ ਆਤਮਾ ਦੀ ਸੇਵਾ ਹੈ, ਸਾਡੇ ਅੰਦਰ ਜਿਹੜੀ ਆਤਮਾ ਜਿਹੜੀ ਵਾਹਿਗੁਰੂ ਤੋਂ ਵਿਛੜੀ ਹੋਈ ਹੈ, ਠੀਕ ਹੈ ਜੀ। ਮੂਲ ਮੰਤਰ ਸਭ ਤੋਂ ਪਹਿਲੀ ਗੱਲ ਇਹ ਹੈ, ਮੈਂ ਸਾਰੀ ਬੇਨਤੀ ਧਿਆਨ ਨਾਲ ਸੁਣੋ, ਤੁਹਾਨੂੰ ਬੜਾ ਆਨੰਦ ਪ੍ਰਾਪਤ ਹੋਏਗਾ। ਮੂਲ ਮੰਤਰ ਜਿਹੜਾ ਹੈ ਇਹ ਵੱਡਾ ਹੈ, ਨਾਨਕ ਉਸ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। 13 ਹੀ ਅੱਖਰ ਬਣਦੇ, 13 ਹੀ ਸ਼ਬਦ ਬਣਦੇ। ਇਸ ਕਰਕੇ ਇਹ ਹੈ ਵੱਡਾ, ਇਹਦੇ ਨਾਲ ਮਨ ਜਲਦੀ ਟਿਕਦਾ ਹੈ। ਗੱਲ ਧਿਆਨ ਨਾਲ ਸਮਝੋ, ਇਹਨੂੰ ਕਰਨਾ ਕਿਵੇਂ ਹੈ? ਇਹਨੂੰ ਸੁਣਨਾ, ਇਹਨੂੰ ਸੁਣਨਾ, ਇਹਨੂੰ ਸੁਣਨਾ। ਜਦੋਂ ਕਿਹਾ ਇੱਕ ਓਅੰਕਾਰ ਉਹਨੂੰ ਸੁਣਿਆ, ਫਿਰ ਸਤਨਾਮ ਸੁਣਿਆ, ਕਰਤਾ ਪੁਰਖ ਸੁਣਿਆ, ਨਿਰਭਉ, ਇਸੇ ਤਰ੍ਹਾਂ ਵਾਰ ਵਾਰ ਰਿਪੀਟ ਕਰਨਾ। ਇਹਨੂੰ ਜਦੋਂ ਰਿਪੀਟ ਕਰਨਾ ਫਿਰ ਇਹ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਰਿਹਾ ਹੈ। ਇੱਕ ਬੰਦਾ ਪੈਸੇ ਲੈ ਕੇ ਜਾਵੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ, ਬਾਹਰ ਹੀ ਖਰਚ ਕੇ ਮੁੜਿਆ ਆਵੇ, ਹੁਣ ਉਹ ਖਾਤੇ ਜਮ੍ਹਾਂ ਹੋਏ ਬੈਂਕ ਦੇ ਵਿੱਚ ਜਾਵੇ, ਬੈਂਕ ਦੇ ਵਿੱਚ ਵੀ ਜਾਵੇ, ਪੈਸੇ ਜਮ੍ਹਾਂ ਹੀ ਨਾ ਕਰਾ ਕੇ ਮੁੜਿਆ ਆਵੇ, ਉਹਦੇ ਖਾਤੇ 'ਚ ਤਾਂ ਨਹੀਂ ਜਮ੍ਹਾਂ ਹੋਏ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਿਆਰੇ ਜਦੋਂ ਤੁਸੀਂ ਨਾਮ ਸੁਣਦੇ ਨੇ, ਨਾਮ ਇਕੱਠਾ ਨਹੀਂ ਹੁੰਦਾ, ਇਕਾਗਰਤਾ ਨਹੀਂ ਬਣਦੀ। ਇਸੇ ਕਰਕੇ ਸਤਿਗੁਰੂ ਜੀ ਨੇ ਵਾਰ ਵਾਰ ਗੁਰਬਾਣੀ 'ਚ ਇਹ ਕਿਹਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ। ਮੂਲ ਮੰਤਰ ਕੀ ਉਸਤਤ ਹੀ ਹੈ ਨਾ, ਹੇ ਵਾਹਿਗੁਰੂ ਤੂੰ ਇੱਕ ਹੈ, ਤੇਰਾ ਨਾਮ ਸੱਚਾ ਹੈ, ਤੂੰ ਕਰਤਾ ਪੁਰਖ ਹੈ, ਤੂੰ ਨਿਰਭਉ ਹੈ, ਤੂੰ ਨਿਰਵੈਰ ਹੈ, ਤੂੰ ਅਕਾਲ ਮੂਰਤ, ਉਹਦੀ ਉਸਤਤਿ ਹੋ ਰਹੀ ਹੈ ਨਾ, ਹੋਰ ਉਸਤਤਿ ਕਿਵੇਂ ਕਰਾਂਗੇ। ਕਈ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨਾ ਕਿਹੜਾ ਉਸਤਤੀ, ਉਹ ਇਹੀ ਤਾਂ ਉਸਤਤੀ ਹੈ, ਵਾਹਿ ਬਿਸਮਾਦ ਗੁਰੂ, ਉਹ ਜਿਹੜਾ ਅਗਿਆਨ ਤੋਂ ਗਿਆਨ ਵੱਲ ਲੈ ਕੇ ਜਾਣ ਵਾਲਾ, ਠੀਕ ਹੈ, ਇਹ ਉਸਤਤੀ ਹੋਈ ਹੈ। ਸੋ ਇਸ ਕਰਕੇ ਜਦੋਂ ਮੂਲ ਮੰਤਰ ਦਾ ਇਸ ਤਰ੍ਹਾਂ ਤੁਸੀਂ ਜਾਪ ਕਰੋ, ਹੁਣ ਸੁਣ ਰਹੇ ਹੋ,
ਜਿਵੇਂ ਜਿਵੇਂ ਮਨ ਖੜਦਾ ਜਾਏਗਾ, ਦੇਖੋ ਧਿਆਨ ਨਾਲ ਸੁਣਨ ਵਾਲੀ ਬੇਨਤੀ ਹੈ, ਜਿਵੇਂ ਜਿਵੇਂ ਮਨ ਤੁਹਾਡਾ ਰੁਕਦਾ ਜਾਏਗਾ, ਮਨ ਰੁਕਣਾ ਸ਼ੁਰੂ ਹੋ ਗਿਆ ਮੂਲ ਮੰਤਰ ਨਾਲ, ਜਦੋਂ ਤੁਸੀਂ ਸੁਣਨ ਤੇ ਮਨ ਲਾਤਾ ਮਨ ਰੁਕਣਾ ਸ਼ੁਰੂ ਹੋ ਗਿਆ, ਜਦੋਂ ਮਨ ਰੁਕਣਾ ਸ਼ੁਰੂ ਹੋ ਗਿਆ ਫਿਰ ਇਹਦੇ ਵਿੱਚ ਤਾਕਤ ਪੈਦਾ ਹੁੰਦੀ, ਇਹ ਆਤਮ ਸਾਇੰਸ ਹੈ, ਖੋਜ ਕਰੇ ਤੇ ਚੀਜ਼ ਖੁੱਲਦੀ, ਜਿੰਨਾ ਚਿਰ ਕੋਈ ਖੋਜ ਨਹੀਂ ਕਰਦਾ ਉਹਨੂੰ ਨਹੀਂ ਇਹ ਗੱਲਾਂ ਸਮਝ ਆਉਂਦੀਆਂ। ਅਗਲਾ ਕਹਿੰਦਾ ਐਵੇਂ ਬੋਲੀ ਜਾਂਦੇ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ, ਹੈ ਨਾ। ਇਹ ਜਿਹਨੇ ਅਭਿਆਸ ਕੀਤਾ, ਦੇਖੋ ਭਾਈ ਰਘਵੀਰ ਸਿੰਘ ਨੂੰ ਪੜ੍ਹ ਕੇ ਦੇਖੋ ਕਿੰਨਾ ਵਧੀਆ ਵਿਖਿਆਨ ਕੀਤਾ ਭਾਈ ਵੀਰ ਸਿੰਘ ਹੋਣਾ ਨੇ, ਜਦੋਂ ਮੂਲ ਮੰਤਰ, ਹੁਣ ਧਿਆਨ ਨਾਲ ਇਸ ਵਿਧੀ ਨੂੰ ਸਮਝ ਲਿਓ ਕਿਵੇਂ ਮੂਲ ਮੰਤਰ ਸਾਹਿਬ ਕੰਮ ਕਰਦਾ, ਨਾਮ ਕੰਮ ਕਰਦਾ ਕਿਵੇਂ, ਤੇ ਜਿਹੜੇ ਕਹਿੰਦੇ ਸਾਨੂੰ ਫਾਇਦਾ ਨਹੀਂ ਹੋਇਆ ਨਾਮ ਜਪੇ ਦਾ, ਕਿਉਂ ਨਹੀਂ ਹੋਇਆ ਉਹ ਵੀ ਤੁਹਾਨੂੰ ਸਮਝ ਲੱਗ ਜਾਣੀ ਆਪੇ ਹੁਣ ਆ ਬੇਨਤੀ ਸੁਣ ਕੇ। ਜਦੋਂ ਤੁਸੀਂ ਨਾਮ ਜਪ ਰਹੇ ਹੋ, ਮੂਲ ਮੰਤਰ ਦਾ ਜਾਪ ਕਰ ਰਹੇ ਹੋ, ਜਮ੍ਹਾਂ ਹੋ ਰਿਹਾ, ਜਦੋਂ ਜਮ੍ਹਾਂ ਹੋ ਰਿਹਾ ਬੈਂਕ ਬੈਲੈਂਸ ਨਾਮ ਦਾ ਵੱਧ ਰਿਹਾ। ਜਦੋਂ ਕਿਸੇ ਦਾ ਬੈਂਕ ਬੈਲੈਂਸ ਮੰਨ ਲਓ ਕਿਸੇ ਦਾ 1 ਲੱਖ ਰੁਪਈਆ ਹੋ ਗਿਆ, ਉਹ 1 ਲੱਖ ਰੁਪਏ ਦੀ ਕੋਈ ਚੀਜ਼ ਲੈ ਸਕਦਾ ਹੈ, ਕਿਸੇ 2 ਲੱਖ ਹੋ ਗਿਆ, 10 ਲੱਖ ਹੋ ਗਿਆ, 1 ਕਰੋੜ ਹੋ ਗਿਆ, ਫਿਰ ਉਹ ਗੱਡੀ ਮਕਾਨ ਹੋਰ ਕੁਛ ਸਾਰਾ ਕੁਛ ਲੈ ਸਕਦਾ ਹੈ, ਫਿਰ ਹੋਰ ਵੱਧ ਗਿਆ, ਫਿਰ ਉਹ ਹੋਰ ਵੀ ਵੱਡੀ ਕੋਈ ਫੈਕਟਰੀ ਖੋਲ੍ਹ ਲੈਂਦਾ, ਕੁਛ ਹੋਰ ਕਰ ਲੈਂਦਾ, ਇਸ ਤਰ੍ਹਾਂ ਹੋ ਗਿਆ ਨਾ। ਉਹ ਜਿਸ ਤਰ੍ਹਾਂ ਦੀ ਕੋਈ ਆਮਦਨ ਹੈ ਉਸ ਤਰ੍ਹਾਂ ਦੇ ਵੱਡੇ ਉਹਦੇ ਕਾਰੋਬਾਰ ਹੋਈ ਜਾਂਦੇ, ਨਾਮ ਵੀ ਆਈ ਹੈ, ਨਾਮ ਵੀ ਆਈ ਹੈ। ਜਦੋਂ ਤੁਸੀਂ ਮੂਲ ਮੰਤਰ ਜਪੀ ਜਾ ਰਹੇ ਹੋ ਤੁਹਾਡਾ ਮਨ ਖੜਨ ਲੱਗ ਗਿਆ, ਖੜਨ ਲੱਗ ਗਿਆ। ਪਹਿਲਾਂ ਪਹਿਲੀ ਚੀਜ਼ ਨਾਮ ਜਪਣ ਦੇ ਨਾਲ ਪ੍ਰਾਪਤ ਹੁੰਦੀ, ਮਨ ਦੀ ਸ਼ਾਂਤੀ ਪ੍ਰਗਟ ਹੋਣ ਲੱਗ ਜਾਂਦੀ, ਮਨ ਖੜਨ ਲੱਗ ਜਾਂਦਾ, ਰੁਕਣ ਲੱਗ ਜਾਂਦਾ, ਟਿਕਾਓ 'ਚ ਆਉਣ ਲੱਗ ਜਾਂਦਾ। ਜਦੋਂ ਮਨ ਟਿਕਾਓ 'ਚ ਆਉਣ ਲੱਗ ਗਿਆ ਉੱਥੇ ਨਿੱਧੀਆਂ ਆ ਜਾਂਦੀਆਂ, ਨਿੱਧੀਆਂ ਸਮਝਦੇ, ਘਰ ਦੇ ਵਿੱਚ ਬਰਕਤ ਆ ਜਾਣੀ, ਘਰ ਦਾ ਮਾਹੌਲ ਠੀਕ ਹੋ ਜਾਣਾ, ਘਰ ਦੇ ਵਿੱਚ ਝਗੜੇ ਆਦਿ ਖਤਮ ਹੋ ਜਾਣੇ, 9 ਤਰ੍ਹਾਂ ਦੀਆਂ ਨਿਧੀਆਂ ਹੋਣਗੀਆਂ, ਝਗੜੇ ਆਦਿ ਘਰ ਦੇ ਵਿੱਚ ਕਲੇਸ਼ ਨਾ ਹੋਣਾ, ਘਰ ਦੇ ਵਿੱਚ ਜਿਹੜੀ ਮਾਇਆ ਤੁਸੀਂ ਲੈ ਕੇ ਆਉਂਦੇ ਹੋ ਕਮਾ ਕੇ, ਉਹ ਬਹੁਤ ਜ਼ਿਆਦਾ ਬਰਕਤ ਦੇਣ ਲੱਗ ਜਾਂਦੀ, ਸਰੀਰਕ ਰੋਗ ਖਤਮ ਹੋਣ ਲੱਗ ਜਾਂਦੇ, ਦਿਮਾਗ ਫਰੈਸ਼ ਰਹਿਣ ਲੱਗ ਜਾਂਦਾ, ਬਿਲਕੁਲ ਠੀਕ, ਸ਼ਾਂਤੀ ਵਰਤਣ ਲੱਗ ਜਾਂਦੀ, ਘਰ ਦੇ ਵਿੱਚ ਚੰਗੇ ਬੰਦੇ ਮਿਲਣ ਲੱਗ ਜਾਂਦੇ, ਭਗਤੀ ਵਾਲੇ ਹੋਰ ਨਾ। ਇਹ ਧਿਆਨ ਨਾਲ ਸੁਣਿਆ ਤੁਹਾਨੂੰ ਪਤਾ ਲੱਗੇਗਾ, ਆਪਣੇ ਤੇ ਵੀ ਲਾ ਕੇ ਦੇਖੋ ਵੀ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਨਾਲ ਇਹ ਹੁੰਦਾ, ਇਹ ਹੋਣ ਲੱਗ ਜਾਂਦਾ, ਠੀਕ ਹੈ। ਫਿਰ ਹੋਰ ਕੀ, ਤੁਹਾਡੇ ਕਾਰੋਬਾਰ ਸਹੀ ਢੰਗ ਨਾਲ ਆਪੇ ਚੱਲਣ ਲੱਗ ਜਾਂਦੇ ਆ, ਜਿੱਥੇ ਕਿਤੇ ਪਹਿਲਾਂ ਇੰਨਾ ਪ੍ਰੋਫਿਟ ਨਹੀਂ ਸੀ ਹੋ ਰਿਹਾ, ਹੁਣ ਉੱਥੇ ਪ੍ਰੋਫਿਟ ਵੱਧ ਹੋ ਰਿਹਾ ਹੈ, ਕੰਮ ਵਧੀਆ ਚੱਲ ਰਿਹਾ ਹੈ, ਠੀਕ ਹੈ। ਆਪਣੇ ਆਪ ਜਿਹੜਾ ਮਨ ਦਾ ਟਿਕਾਓ ਉਹ ਬਣਿਆ ਰਹਿੰਦਾ ਹੈ, ਠੀਕ ਹੈ। ਇਹ ਪਹਿਲੀ ਪਹਿਲਾਂ ਹੋਣ ਲੱਗ ਜਾਂਦਾ। ਫਿਰ ਜਦੋਂ ਹੋਰ ਮਨ ਜ਼ਿਆਦਾ ਟਿਕ ਗਿਆ, ਹੋਰ ਅੰਦਰ ਚਲਿਆ ਗਿਆ, ਵੈਖਰੀ ਮਧਮਾ ਪਸੰਤੀ ਪਰਾਂ ਨੂੰ ਪਾਰ ਕਰ ਗਿਆ, ਅਣਹੱਤ ਤੋਂ ਵੀ ਪਾਰ ਚਲਿਆ ਗਿਆ, ਉੱਥੇ ਫਿਰ ਸਿੱਧੀਆਂ ਪ੍ਰਗਟ ਹੋਣ ਲੱਗ ਜਾਂਦੀਆਂ। ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਹੈ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਕਈ ਰਿੱਧੀ ਸਿੱਧੀਆਂ ਦੇ ਨਾਂ ਤੇ ਬੜੀ ਚੀਕ ਮਾਰਦੇ ਲੋਕ, ਲੈ ਰਿੱਧੀ ਸਿੱਧੀ ਤਾਂ ਸਿੱਖੀ ਚ ਹੁੰਦੀ ਨੀ, ਆ ਪਿਓ ਗੁਰੂ ਨਾਨਕ ਨੇ ਦੱਸਿਆ, ਆਪਣੇ ਨੇ ਗੁਰੂ ਨਾਨਕ ਆਪਣਾ ਪਿਓ ਹੈ ਨਾ, ਉਹ ਤੋਂ ਵੱਡੇ ਤਾਂ ਨੀ ਆਪਾਂ ਹੈਗੇ, ਉਹਨੇ ਲਿਖਿਆ ਵੀ ਆਹ ਦੇਖ ਲਓ ਪਿੱਛੇ ਲੱਗੀਆਂ ਫਿਰਦੀਆਂ ਨੇ। ਹਾਂ, ਰਿੱਧ ਸਿੱਧਾ ਵਰਾ ਸਾਧ ਉਹਨੂੰ ਕਿਹਾ ਹੈ, ਜਿਹੜੇ ਇਕੱਲੇ ਰਿੱਧੀਆਂ ਸਿੱਧੀਆਂ ਵਾਸਤੇ ਕਿਸੇ ਮੰਤਰ ਨੂੰ ਜਾਪ ਕਰਦੇ ਉਹਨੂੰ ਕਿਹਾ ਹੈ ਵੀ ਵਰਾ ਸਾਧ ਹੈ, ਇਹ ਕਿਹੜੇ ਚੱਕਰਾਂ ਚ ਪੈ ਗਿਆ। ਹੁਣ ਜਿਹੜਾ ਬੰਦਾ ਨਾਮ ਜਪਦਾ ਉਹਦੇ ਕੋਲ ਤਾਂ ਆਊਗੀ, ਉਹ ਸੰਤ ਅਰਜਨ ਸਿੰਘ ਹੁੰਦੇ ਸੀ ਪਟਿਆਲੇ ਵਾਲੇ, ਉਹਨਾਂ ਭਗਤੀ ਕਰਦੇ ਹੁੰਦੇ ਬਹੁਤ, ਇੱਕ ਦਿਨ ਬੈਠੇ ਭਗਤੀ ਕਰ ਰਹੇ ਤੇ ਰਿੱਧੀਆਂ ਸਿੱਧੀਆਂ ਪ੍ਰਗਟ ਹੋ ਗਈਆਂ, ਆ ਕੇ ਦੱਸੋ ਜੀ ਮਹਾਰਾਜ ਜੀ ਕੀ ਕਰੀਏ, ਤੁਹਾਡੀ ਕੁੱਲੀ ਨੂੰ ਵਧੀਆ ਬਣਾ ਦੇਣੀ ਤੇ ਲੋਕ ਆਉਣ ਲੱਗ ਜਾਣਗੇ,
ਕੀਰਤਨ ਹੋਇਆ ਕਰੋ, ਮਾਇਆ ਆਊਗੀ, ਐਂ ਕਰਾਂਗੇ ਜੀ, ਫਲਾਨਾ ਕਰ ਦਿਆਂਗੇ। ਸੰਤ ਨਾ ਕੁੱਲੀ ਚੋਂ ਭੱਜ ਕੇ ਬਾਹਰ ਆ ਗਏ। ਬਾਹਰ ਆ ਕੇ ਐਂ ਹੱਥ ਜੋੜ ਕੇ ਬੇਨਤੀਆਂ ਕਰ ਲਾਂਗੇ, ਮਹਾਰਾਜ ਇਹ ਚੀਜ਼ਾਂ ਥੋੜ੍ਹੀ ਚਾਹੀਦੀਆਂ, ਤੁਸੀਂ ਚਾਹੀਦੇ ਹੋ। ਹੁਣ ਜਿਹੜੇ ਭਗਤੀ ਕਰਦੇ ਉਹਨਾਂ ਕੋਲ ਤਾਂ ਚੀਜ਼ ਆਊਗੀ, ਉਹ ਕੀ ਫਿਰ ਮਤਲਬ, ਇਹਦਾ ਮਤਲਬ ਗੁਰਬਾਣੀ ਨਹੀਂ ਉਹ ਹੈਗੀ, ਸੱਚ ਨਹੀਂ ਹੈਗੀ, ਇਹ ਤਾਂ ਐਵੇਂ ਮਾਰਦੇ ਰਹਿੰਦੇ। ਜਦੋਂ ਹੋਰ ਤੁਹਾਡੀ ਭਗਤੀ ਵੱਧ ਗਈ, ਮਨ ਹੋਰ ਉੱਪਰਲੇ ਮੰਡਲ 'ਚ ਚਲੇ ਗਏ, ਫਿਰ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ। ਸਿੱਧੀਆਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਦ੍ਰਿਸ਼ਟੀ ਖੁੱਲਦੀ, ਐਸੀ ਸਿੱਧੀ ਵੀ ਹੁੰਦੀ ਦੂਰ ਦੀ ਚੀਜ਼ ਸਾਰੀ ਕੋਲੇ ਨਜ਼ਰ ਆਊਗੀ। ਠੀਕ ਹੈ, ਦੂਰ ਕਿਤੇ ਕੁਛ ਹੋ ਰਿਹਾ ਹੈ, ਉਹ ਦਿਖਾ ਦੇਣਾ ਹੈ ਉਹਨੇ ਤੁਹਾਨੂੰ, ਹੁਣ ਤੁਹਾਨੂੰ ਦਿਖਾ ਦੇਣਾ ਹੈ ਵੀ ਆਹ ਵਾ। ਠੀਕ ਹੈ ਨਾ, ਉਹ ਇੱਕ ਫਿਰ ਦੂਰ ਦੀ ਗੱਲ ਸੁਣੂਗੀ, ਕੋਈ ਬੰਦਾ 1000 ਕਿਲੋਮੀਟਰ ਦੂਰ ਤੇ ਗੱਲ ਕਰ ਰਿਹਾ ਹੈ, ਪਤਾ ਲੱਗਣ ਲੱਗ ਜੂਗਾ ਵੀ ਹਾਂ ਉਹ ਬੰਦਾ ਇਹ ਗੱਲ ਕਰ ਰਿਹਾ ਹੈ, ਜੇ ਤੁਸੀਂ ਚਾਹੋਗੇ। ਜਾਂ ਤੁਹਾਨੂੰ ਯਾਦ ਕਰਕੇ ਕੋਈ ਬੰਦਾ ਗੱਲ ਕਰ ਰਿਹਾ ਹੈ, ਤੁਹਾਨੂੰ ਸੁਣੂਗੀ, ਕਿਉਂ ਉੱਥੋਂ ਕਨੈਕਸ਼ਨ ਹੋ ਗਿਆ। ਇੱਕ ਵਾਰੀ ਨਾ ਅਸੀਂ, ਮੇਰੇ ਨਾਲ ਇੱਕ ਸਿੰਘ ਹੁੰਦਾ ਸੀ, ਅਸੀਂ ਹਜ਼ੂਰ ਸਾਹਿਬ ਸੀਗੇ ਉਦੋਂ, ਅਤੇ ਕਾਲੇ ਚੋਲੇ ਵਾਲੇ ਮਹਾਂਪੁਰਖਾਂ ਬਾਰੇ ਮੈਂ ਦੱਸਿਆ ਤੁਹਾਨੂੰ। ਉਹ ਸਿੰਘ ਮੈਨੂੰ ਕਰੀ ਜਾਵੇ, ਆਪਾਂ ਹੁਣ ਇੱਥੋਂ, ਉਹ ਆਪ ਦੀ ਗੱਲ ਕਰਦਾ ਸੀ, ਕਹਿੰਦਾ ਮੈਂ ਹੁਣ ਇੱਥੇ ਚਲੇ ਜਾਣਾ, ਮੈਂ ਜੰਗਲ 'ਚ ਭਗਤੀ ਕਰਨੀ, ਮੈਂ ਐਂ ਕਰਨਾ, ਜਿਉਂ ਕਰਨਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ, ਤੈਨੂੰ ਮਹਾਂਪੁਰਖਾਂ ਨੇ ਇੱਥੇ ਸੇਵਾ 'ਤੇ ਲਾਇਆ, ਤੂੰ ਸੇਵਾ 'ਤੇ ਲੱਗਿਆ ਰਹਿ। ਨਹੀਂ ਨਹੀਂ ਕਹਿੰਦਾ, ਮੈਂ ਜੰਗਲ 'ਚ ਚਲਿਆ ਜਾਣਾ। ਕਹਿੰਦਾ ਚਲੋ, ਅਸੀਂ ਐਂ ਗੱਲਾਂ ਕਰਦੇ ਕਰਦੇ ਸੰਤਾਂ ਕੋਲ ਜਾ ਰਹੇ ਸੀਗੇ, ਕਾਲੇ ਚੋਲੇ ਵਾਲੇ ਬਾਬਿਆਂ ਕੋਲ, ਅਤੇ ਉਹ ਸੰਤਾਂ ਕੋਲ ਜਾ ਕੇ ਬੈਠੇ। ਹੁਣ ਦੇਖੋ ਸੰਤ ਕਿਹੋ ਜਿਹੇ ਹੁੰਦੇ, ਹੈ ਨਾ, ਸੰਤ ਕਈ ਕਹਿੰਦੇ ਚੀਜ਼ਾਂ ਹੁੰਦੀਆਂ ਨਹੀਂ, ਰਹਿੰਦੀ ਸਾਡੇ ਤਾਂ ਸਾਹਮਣੇ ਵਰਤੀਆਂ ਨੇ ਮਹਾਂਪੁਰਖਾਂ ਦਾ, ਚੀਜ਼ਾਂ ਦੇਖੀਆਂ ਨੇ ਤਾਂ ਹੀ ਗੱਲ ਕਰਦੇ। ਸੰਤ ਕਹਿੰਦੇ ਨਾ ਉਹਨੂੰ, ਕਹਿੰਦੇ ਉਹ ਭਾਈ ਫਲਾਨਾ ਸਿੰਘ, ਉਹਦਾ ਨਾਮ ਕਾਹਨੂੰ ਆਪਾਂ ਲੈਣਾ, ਉਹ ਭਾਈ ਫਲਾਨਾ ਸਿੰਘ ਜੰਗਲਾਂ 'ਚ ਭਗਤੀ ਨਹੀਂ ਕਰੀਦੀ ਹੁੰਦੀ, ਗੁਰਸਿੱਖ ਤਾਂ ਆਏ ਭਗਤੀ ਕਰ। ਅਸੀਂ ਹੈਰਾਨ ਹੋ ਗਏ ਵੀ ਆਹ ਗੱਲ ਤਾਂ ਅਸੀਂ 2 ਮਿੰਟ ਪਹਿਲਾਂ ਹੀ ਖਤਮ ਕੀਤੀ ਹੈ, ਹਲੇ ਸਾਡੇ ਨਾਲ ਕਿਹੜਾ ਕੋਈ ਤੀਜਾ ਬੰਦਾ ਸੀ ਜਿਹਨੇ ਆ ਕੇ ਸੰਤਾਂ ਨੂੰ ਦੱਸਤਾ, ਜਾਂ ਅਸੀਂ ਕਿਹੜਾ ਫੋਨ ਲਾਇਆ ਹੋਇਆ ਸੀਗਾ ਸੰਤਾਂ ਨੂੰ। ਉਹ ਭਾਈ ਇੱਥੇ ਸੇਵਾ ਅਤੇ ਸਿਮਰਨ ਦੋਨੇ ਚੀਜ਼ਾਂ ਹੋ ਜਾਂਦੀਆਂ ਨੇ, ਫਿਰ ਆਏ ਆ ਉਹ, ਅਸੀਂ ਹੈਰਾਨ ਹੋ ਗਏ। ਅਤੇ ਇਹ ਇੱਕ ਵਾਰੀ ਨਹੀਂ ਹੋਇਆ ਸਾਡੇ ਨਾਲ, ਪਤਾ ਨਹੀਂ ਕਿੰਨੀ ਵਾਰੀ ਹੋਇਆ। ਨਾਲੇ ਅਸੀਂ ਕੋਈ ਗੱਲ ਨਹੀਂ ਕੀਤੀ, ਕੁਛ ਨਹੀਂ, ਅਸੀਂ ਫਤਿਹ ਬੁਲਾ ਕੇ ਬਸ ਬੈਠੇ ਸੀ, ਸੰਤਾਂ ਨੇ ਆਪ ਹੀ ਗੱਲ ਸ਼ੁਰੂ ਕਰਤੀ ਉਹਨੂੰ ਸਮਝਾਉਣ ਵਾਸਤੇ। ਇੱਕ ਹੋਰ ਸੀਗਾ ਸਿੰਘ, ਉਹ ਵੀ ਉਹ ਦਾਸ ਦੇ ਨਾਲ ਦਾ ਸਿੰਘ ਸੀਗਾ, ਅਸੀਂ ਗਏ ਮਹਾਂਪੁਰਖਾਂ ਕੋਲੇ, ਬਾਬਾ ਸਰਦਾਰਾ ਸਿੰਘ ਜੀ ਨੇ, ਉਹ ਰੈਕੋਟ ਕੋਲੇ ਪਿੰਡ ਪੈਂਦਾ, ਉੱਥੇ ਰਹਿੰਦੇ ਨੇ। ਅਤੇ ਉਹ ਸਿੰਘ ਤੋਂ ਨਾ ਕੋਈ ਗਲਤੀ ਹੋ ਗਈ ਸੀਗੀ, ਅਤੇ ਉਹ ਗਲਤੀ ਹੋ ਗਈ ਸੀਗੀ, ਮੈਨੂੰ ਵੀ ਨਹੀਂ ਪਤਾ ਵੀ ਉਹਨੇ ਗਲਤੀ ਕੀਤੀ ਹੋਈ, ਮੈਨੂੰ ਕੁਛ ਨਹੀਂ ਸੀ ਪਤਾ। ਮੈਂ ਤਾਂ, ਉਹ ਮੈਨੂੰ ਕਹਿੰਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਆਪਾਂ ਵੀ ਸੰਤਾਂ ਕੋਲ ਚੱਲਿਆ ਮੈਂ ਦਰਸ਼ਨ ਕਰਨ, ਕਹਿੰਦਾ ਮੈਨੂੰ ਵੀ ਨਾਲ ਲੈ ਚੱਲ। ਮੈਂ ਕਿਹਾ ਚਲਾ ਚੱਲੀਏ, ਮੈਂ ਉਹਨੂੰ ਨਾਲ ਲੈ ਗਿਆ। ਉੱਥੇ ਜਦੋਂ ਬੈਠੇ ਨਾ, ਸੰਤਾਂ ਨੇ ਉਹ ਜਿਹੜੀ ਗਲਤੀ ਉਹਨੇ ਕੀਤੀ ਸੀ ਉਹ ਸਾਫ ਹੀ ਸ਼ੁਰੂ ਕਰ ਦਿੱਤੀ। ਮੈਂ ਸੋਚਿਆ ਵੀ ਸੰਤਾਂ ਜੀ ਕਿੱਧਰ ਨੂੰ ਗੱਲ ਲਈ ਫਿਰਦੇ, ਹੈ ਨਾ, ਵੀ ਕੀ ਬਚਨ ਬਲਾਸ ਕਰ ਰਹੇ। ਫਿਰ ਮੈਂ ਕਿਹਾ ਵੀ ਚਲੋ, ਕੋਈ ਕੋਈ ਤੱਤ ਸਰ ਗੱਲ ਹੋਊਗੀ, ਕੋਈ ਬਾਅਦ 'ਚ ਕੋਈ ਤੱਤ ਕੱਢਣਗੇ। ਉਹਨਾਂ ਨੇ ਸਾਖੀ, ਚਲੋ ਸਾਰੀ ਗੱਲ ਸੁਣਾਈ, ਸਮਝਾ ਸਮਝੂਗੇ, ਉਹਦੇ ਵੱਲ ਮੂੰਹ ਕਰਕੇ ਕਹਿੰਦੇ ਨਾ ਸੰਤ, ਹਾਂ ਭਾਈ ਠੀਕ ਹੈ, ਉਹ ਐਨੀ ਵੀ ਪਾ ਕੇ ਬੈਠਾ, ਕੁਛ ਨਾ ਬੋਲਿਆ, ਮੈਨੂੰ ਵੀ ਗੱਲ ਨਹੀਂ ਸਮਝ ਆਈ। ਚਲੋ ਬਾਅਦ 'ਚ ਉਹਨਾਂ ਨੇ ਪ੍ਰੇਮ ਦਿੱਤਾ ਸੰਤਾਂ ਨੇ, ਬਾਬਾ ਸਰਦਾਰਾ ਸਿੰਘ ਜੀ ਉਹਨਾਂ ਨੇ ਹਲੇ ਵੀ ਹੈਗੇ ਨੇ, 90 ਸਾਲ ਦੀ ਉਮਰ ਹੈ, ਮੈਂ ਪਹਿਲਾਂ ਵੀ ਦੱਸਿਆ ਉਹਨਾਂ ਬਾਰੇ। ਚਲੋ ਅਸੀਂ ਉਹਨਾਂ ਨੂੰ ਫਤਿਹ ਬੁਲਾ ਕੇ ਸਾਰਾ ਕੁਛ ਆਪਦੇ ਵਾਪਸ ਆ ਗਏ। ਉਹ ਮੈਨੂੰ ਕਰੀ, ਮੈਨੂੰ ਸਿੰਘ ਕਹਿੰਦਾ, ਉਹ ਪਹਿਲੀ ਵਾਰੀ ਲੈ ਕੇ ਗਿਆ ਸੀ ਉਹਨੂੰ ਨਾਲ, ਮੈਨੂੰ ਕਹਿੰਦਾ, ਕਹਿੰਦਾ ਸੰਤਾਂ ਨੇ ਜਿਹੜੀ ਅੱਜ ਸਾਖੀ ਸੁਣਾਈ ਹੈ, ਕਹਿੰਦਾ ਸਾਰੀ ਮੇਰੇ ਤੇ ਹੈ ਉਹ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਇਹ ਗਲਤੀ ਮੇਰੇ ਤੋਂ ਹੋਈ ਹੈ, ਕਹਿੰਦਾ ਤਾਂ ਉਹਨਾਂ ਨੇ ਸੁਣਾਈ ਹੈ। ਮੈਂ ਕਿਹਾ ਅੱਛਾ, ਭਲਿਆ ਤੇਰੇ ਤੇ ਹੈ, ਠੀਕ ਹੈ। ਸੋ ਸੰਤਾਂ ਨੂੰ, ਸੰਤ ਕਈ ਵਾਰੀ ਸਿੱਧਾ ਨਹੀਂ ਕਹਿੰਦੇ ਹੁੰਦੇ,
ਸਿੱਧਾ ਥੋੜ੍ਹੀ ਕਹਿੰਦਾ ਤੂੰ ਐਂ ਕੀਤਾ, ਉਹਨਾਂ ਨੂੰ ਕੀ ਲੋੜ ਹੈ, ਸੰਸਾਰ ਨਾਲ ਉਹਨਾਂ ਨੂੰ ਕੀ ਲੈਣਾ ਦੇਣਾ। ਉਹਨਾਂ ਨੇ ਇਸ਼ਾਰਾ ਕਰਨਾ ਮਾੜਾ ਜਿਹਾ, ਐਂ ਨਹੀਂ ਕਰਨਾ, ਐਂ ਨਹੀਂ ਕਰਨਾ। ਉਹ ਸਾਹਮਣੇ ਵਾਲਾ ਬੰਦਾ ਉਹੀ ਗਲਤੀ ਕਰ ਲੈਂਦਾ ਹੈ ਨਾ। ਹਾਂ, ਇੱਕ ਕਈ ਵਾਰੀ ਉਹੋ ਜਿਹੀ ਉਹ ਗਲਤੀ ਕਰ ਲੈਂਦਾ, ਉਹ ਫਿਰ ਉੱਥੇ ਉਹ ਫਸ ਜਾਂਦਾ। ਇਸ ਕਰਕੇ ਉਹ ਚੀਜ਼ ਕੀ ਹੈ, ਉਹਨੂੰ ਕਹਿੰਦੇ ਸਿੱਧੀ। ਉਹ ਚੀਜ਼ ਨੂੰ ਦੱਸ ਰਹੀ, ਉਹ ਅਸਿਸਟੈਂਟ ਹੈ ਉਹਦੀ, ਜਿਹੜੀ ਸਿੱਧੀ ਉਹ ਉਹਦੀ ਅਸਿਸਟੈਂਟ ਹੈ। ਕਿਉਂ ਅਸਿਸਟੈਂਟ ਹੈ? ਕਿਉਂਕਿ ਉਸ ਰੂਹ ਨੇ ਕਮਾਈ ਇੰਨੀ ਕਰ ਲਈ, ਨਾਮ ਬੰਦਗੀ ਇੰਨੀ ਕਰ ਲਈ, ਉਹ ਅਕਾਲ ਪੁਰਖ ਨੇ ਉਹਨੂੰ ਚੀਜ਼ਾਂ ਦਿੱਤੀਆਂ। ਫਿਰ ਇਹ ਸਿੱਧੀ ਦੇ ਵਿੱਚ ਹੋਰ ਵੀ ਚੀਜ਼ ਆ ਜਾਂਦੀ, ਜਦੋਂ ਕਿਸੇ ਦੀ ਸੁਰਤੀ ਬਿਰਤੀ ਬਹੁਤ ਜ਼ਿਆਦਾ ਸੂਖਮ ਹੋ ਜਾਂਦੀ, ਬਹੁਤ ਜ਼ਿਆਦਾ ਸੂਖਮ ਹੋ ਕੇ ਅਣੂ ਦਾ ਰੂਪ ਹੋ ਜਾਂਦੀ, ਅਣੂ ਤੋਂ ਵੀ ਸੂਖਮ ਹੋ ਜਾਂਦੀ ਬਿਰਤੀ। ਕਬੀਰ ਦਸਮ ਦੁਆਰਾ ਸੰਕੁਰਾ ਰਾਜ ਦਸਵੇਂ ਪਾਏ, ਮਨ ਤੋਂ ਗਾਫਲ ਹੋਏ ਰਹੇ ਨਿਕਸਤ ਕਿਉਂ ਕਰ ਜਾਏ। ਕਬੀਰ ਜੀ ਨੇ ਕਿਉਂ ਕਿਹਾ ਵੀ ਜਿਹੜਾ ਦਸਮ ਦੁਆਰਾ ਹੈ ਨਾ, ਰਾਈ ਦੇਖੀ ਤੁਸੀਂ, ਰਾਈ ਦਾ ਦਾਣਾ ਹੁੰਦਾ ਹੈ ਨਾ, ਕਹਿੰਦੇ ਉਹਦੇ ਦਸਵਾਂ ਹਿੱਸਾ ਜਿਹੜਾ ਹੁੰਦਾ ਹੈ ਨਾ, ਰਾਈ ਦਸਵੇਂ ਪਾਏ, ਉਹ ਬਿਲਕੁਲ ਬਰੀਕ ਰਾਈ ਦਾ ਦਾਣਾ ਇੰਨਾ ਕੁ ਹੁੰਦਾ। ਹੁਣ ਉਹਦਾ ਦਸਵਾਂ ਭਾਗ ਜਦੋਂ ਕਰੋਗੇ ਤਾਂ ਬਿਲਕੁਲ ਦਿਖਣਾ ਹੀ ਨਹੀਂ, ਉਹ ਨਿੱਕਾ ਜਿਹਾ ਹੀ ਹੋ ਜਾਂਦਾ ਉਹ। ਕਹਿੰਦੇ ਦਸਮ ਦੁਆਰ ਦੇ ਵਿੱਚ ਦੀ ਨਿਕਲਣ ਵਾਸਤੇ ਇੰਨਾ ਕਰਾ ਹੈ। ਕਬੀਰ ਦਸਮ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਮਨ ਤੋਂ ਗਾਫਲ ਹੋਏ ਰਹੇ ਨਿਕਸਤ ਕਿਉਂ ਕਰ ਜਾਏ। ਕਹਿੰਦੇ ਮਨ ਤਾਂ ਨਾ, ਮਨ ਤੋਂ ਮੈਂਗਲ ਹੋਏ ਰਹੇ ਇਸ ਤਰ੍ਹਾਂ। ਤੇ ਉਹ ਕਹਿੰਦੇ ਹਾਥੀ ਵਰਗਾ ਤੇਰਾ ਮਾਣ ਹੋਇਆ ਹੋਇਆ ਹੈ, ਉਹ ਕਿੱਥੇ ਲੰਘ ਜੂ ਉਹਦੇ ਵਿੱਚ ਦੀ। ਗੋਕੁਲਧਾਮ ਮੇਂ ਸਪੈਸ਼ਲੀ ਬਿਮਾਰ ਗਊ ਮਾਤਾਓਂ ਕੀ ਸੇਵਾ ਕੀ ਜਾਤੀ ਹੈ। ਕਹਿੰਦੇ ਬਿਲਕੁਲ ਐ ਨਿੱਕਾ ਜਿਹਾ ਹੋਣਾ ਪੈਣਾ, ਸੂਖਮ ਹੋਣਾ ਪੈਣਾ। ਜਦੋਂ ਉਹ ਸੂਖਮ ਹੋ ਜਾਂਦਾ ਮਾਨ, ਫਿਰ ਨਾਭੀ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਵਾਹਿਗੁਰੂ ਦਾ, ਇਹ ਜਿਹੜੀਆਂ ਬੇਨਤੀਆਂ ਮੈਂ ਕਰ ਰਿਹਾ, ਪੁਰਾਤਨ ਰਿਸ਼ੀ ਮੁਨੀ ਆਪਣੇ ਉਹਨਾਂ ਨੂੰ ਦੱਸਦੇ ਹੁੰਦੇ ਸੀਗੇ। ਫਿਰ ਉਸ ਤਰ੍ਹਾਂ ਫਿਰ ਜਿਹੜੇ ਉੱਥੇ ਭਗਤੀ ਕਰਨ ਵਾਲੇ, ਉਹਨਾਂ ਨੂੰ ਚਾਅ ਰਹਿੰਦਾ ਸੀਗਾ ਵੀ ਅਸੀਂ ਕਰੀਏ, ਇਸ ਤਰ੍ਹਾਂ ਉਸ ਤਰ੍ਹਾਂ ਪ੍ਰਾਪਤ ਕਰੀਏ, ਵਾਹਿਗੁਰੂ ਦੇ ਘਰ ਨੂੰ ਜਾਈਏ। ਹੁਣ ਤਾਂ ਇਕੱਲੇ ਅੱਖਰੀ ਅਰਥ ਕਰਕੇ ਆਪਾਂ ਸਾਰ ਦਿੰਦੇ ਅੱਜ ਕੱਲ੍ਹ ਤਾਂ ਗੁਰਬਾਣੀ ਦੇ, ਪ੍ਰੈਕਟੀਕਲ ਕੋਈ ਹੈ ਨਹੀਂ ਗਾ ਮੇਰੇ ਵਰਗੇ ਦਾ। ਕੀ ਪ੍ਰੈਕਟੀਕਲ? ਜੀਰੋ ਪ੍ਰੈਕਟੀਕਲ ਹੈ, ਕੋਈ ਦੱਸਦੇ ਹੀ ਨਹੀਂ। ਸੋ ਇਹ ਤੁਹਾਨੂੰ ਤਾਂ ਦੱਸ ਰਹੇ ਹਾਂ, ਤੁਹਾਨੂੰ ਚਾਅ ਪੈਦਾ ਹੋਵੇ। ਕਲਯੁਗ ਦੇ ਵਿੱਚ ਸਤਯੁਗ ਲੱਗਣਾ ਕਿਵੇਂ ਹੈ? ਇੱਕ ਤਾਂ ਵੀ ਉੱਤੋਂ ਡਿੱਗ ਪੈਣਾ, ਆ ਕੇ ਉੱਤੋਂ ਨਹੀਂ ਡਿੱਗਣਾ। ਜਿਵੇਂ ਮਹਾਰਾਜ ਪਹਿਲੀ ਪਾਤਸ਼ਾਹੀ ਨੇ ਗਿਆਨ ਦਾ ਪ੍ਰਕਾਸ਼ ਸ਼ੁਰੂ ਕੀਤਾ, ਫਿਰ ਉਦਾਸੀਆਂ ਕੀਤੀਆਂ ਸਾਰੇ ਪਾਸੇ ਉਸ ਚੀਜ਼ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਫਿਰ ਦਸੇ ਪੰਬਲ ਦੇ ਨਾਲ ਸਾਰੀ ਮਾਨਵਤਾ ਨੂੰ ਉਹ ਚੀਜ਼ ਦਿੱਤੀ ਹੈ ਨਾ। ਇੱਕਦਮ ਤਾਂ ਨਹੀਂ ਕਿਤੇ ਆ ਕੇ ਉਹ ਹੋ ਗਿਆ, ਸਮਾਂ ਲੱਗਿਆ। ਬਿਲਕੁਲ ਅਣੂ ਦਾ ਰੂਪ ਜਦੋਂ ਹੋ ਗਿਆ ਤੁਹਾਡਾ ਆਪਣਾ, ਤੁਹਾਨੂੰ ਪਤਾ ਲੱਗ ਜਾਣਾ ਮੈਂ ਛੋਟਾ ਹੋ ਗਿਆ, ਪਤਾ ਲੱਗ ਜਾਣਾ ਮੈਂ ਛੋਟਾ ਹੋ ਗਿਆ। ਫਿਰ ਉਹ ਕੀ ਕਰਦਾ, ਨਾਭੀ ਦੇ ਵਿੱਚ ਜਾਂਦਾ। ਪਹਿਲਾਂ ਇੱਥੋਂ ਇੱਥੇ ਛੋਟਾ ਇੱਥੇ ਨਾ, ਆਹ ਜਦੋਂ ਧਿਆਨ ਕਰਦੇ ਵਾਹਿਗੁਰੂ ਦਾ, ਵਾਹਿਗੁਰੂ ਧਿਆਨ ਕਰਦੇ 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 ਇੱਥੇ ਅਣੂ ਬਿਲਕੁਲ ਛੋਟਾ ਹੋ ਆਪ ਨਾ ਕਰਨ ਲੱਗ ਜਾਓ, ਐਂ ਨਹੀਂ ਹੋਇਆ ਜਾਂਦਾ ਹੁੰਦਾ। ਉਹ ਪਹਿਲਾਂ ਚਾਰੇ ਪੰਜੇ ਸਰੀਰ ਖਤਮ ਹੋਣੇ ਅੰਦਰਲੇ, ਫਿਰ ਅੰਦਰ ਜਾ ਕੇ ਦਿਬ ਦਿਬ ਜਿਹੜਾ ਹੈਗਾ ਸਰੀਰ ਉਹ ਪ੍ਰਗਟ ਹੋਣਾ ਹੈ। ਸਿੱਧੇ ਹੀ ਥੋੜ੍ਹੀ ਆਏ ਆਪਾਂ, ਹੁਣ ਮੇਰੇ ਵਰਗਾ ਇੱਥੇ ਐਵੇਂ ਬਹਿ ਕੇ ਕਰਨ ਲੱਗ ਜਾਵੇ, ਮੈਂ ਛੋਟਾ ਹੋ ਗਿਆ, ਹੁਣ ਮੈਂ ਨਾਭੀ 'ਚ ਚਲਿਆ ਗਿਆ, ਆਹ ਹੁਣ ਮੈਂ ਇਹ ਤਾਂ ਮੇਰੇ ਮਨ ਦੀ ਘਾਟ ਦਾ, ਇਹ ਕੁਛ ਨਹੀਂ ਹੈਗਾ, ਇਹ ਨਹੀਂ ਕੁਛ ਹੈਗਾ। ਇਹ ਕਰਦੇ ਆ ਕਈ, ਆਹ ਉਹ ਹੈਗੇ ਆ ਕਿਹੜੇ ਉਹ ਭਾਈ ਸਾਹਿਬ ਕਹਿੰਦੇ ਖਣੀ, ਉਹਨਾਂ ਨੇ ਕਹਿੰਦੇ ਦੱਸਿਆ, ਕਹਿੰਦੇ ਉਹ ਸੱਚਖੰਡ ਜਾਂਦੇ, ਕਹਿੰਦੇ ਬੱਚੇ ਐਂ ਡਿੱਗ ਪੈਂਦੇ ਪਿੱਛੇ, ਕੀ ਹੋ ਗਿਆ ਜੀ, ਕਹਿੰਦੇ ਬੱਚੇ ਸੱਚਖੰਡ ਚਲੇ ਗਏ। ਉਹ ਮੈਸਮਰਿਜ਼ਮ ਹੈ, ਅਸਲ ਨਹੀਂ ਹੈਗਾ, ਉਹ ਨਹੀਂ ਅਸਲ ਹੈਗਾ। ਇੱਥੇ ਜਦੋਂ ਬਿਰਤੀ ਇਕੱਠੀ ਹੋ ਜਾਣੀ, ਧਿਆਨ ਨਾਲ ਸੁਣਿਓ, ਫਿਰ ਇਹਨੇ ਅਣੂ ਦਾ ਰੂਪ ਹੋ ਜਾਣਾ, ਬਿਲਕੁਲ ਛੁੱਟੀ ਹੋ ਜਾਣੀ ਬਿਰਤੀ, ਪ੍ਰਕਾਸ਼ ਰੂਪ ਹੋ ਕੇ ਉਹ ਅਣੂ ਨੇ ਫਿਰ ਅੰਦਰ ਨਾਭੀ 'ਚ ਉੱਤਰ ਜਾਣਾ।
ਨਾਭੀ ਦੇ ਵਿੱਚ ਵੀ ਪ੍ਰਕਾਸ਼ ਹੈ, ਮੈਨੂੰ ਜਿਨ੍ਹਾਂ ਨੇ ਦੱਸਿਆ ਉਹ ਦੱਸ ਦੇ, ਮੈਨੂੰ ਕੁਛ ਨਹੀਂ ਆਉਂਦਾ। ਨਾਭੀ ਦੇ ਵਿੱਚੋਂ ਫਿਰ ਸੂਖਮ ਸਰੀਰ ਬਾਹਰ ਨਿਕਲ ਜਾਂਦਾ ਹੈ। ਨਾਭ ਵੀ ਇਹ ਮਹਿੰਗਾ ਗਿਆਨ ਹੈ, ਵੈਸੇ ਕੋਈ ਦੱਸਦਾ ਨਹੀਂ ਹੈਗਾ, ਮੈਨੂੰ ਆਇਆ ਚਲੋ ਕਿਸੇ ਦੇ ਕੰਮ ਆ ਜਾਊਗਾ, ਕੱਲ ਕੱਲ ਅੱਜ ਨੂੰ ਸਾਲ ਨੂੰ 5 ਸਾਲ ਨੂੰ ਕੋਈ ਵੀਡੀਓ ਸੁਣੂਗਾ, ਅਗਲਾ ਉਹਨੂੰ ਰਾਹ ਨਹੀਂ ਲੱਭਦਾ, ਉਹਨਾਂ ਰਾਹ ਲੱਭ ਜੂ। ਆਹੀ ਹੁੰਦਾ ਹੈ ਨਾ, ਇਹ ਵੀ ਤਾਂ ਗਿਆਨ ਦਾ ਮਾਧਿਅਮ ਹੈ ਇੱਕ, ਜਿਹੜਾ ਇੰਟਰਨੈਟ ਹੈਗਾ। ਜਦੋਂ ਨਾਭੀ ਦੇ ਵਿੱਚ ਬਿਲਕੁਲ ਅਣੂ ਛੋਟਾ ਹੋ ਕੇ ਅੰਦਰ ਨਾਭੀ ਚੋਂ ਫਿਰ ਬਾਹਰ ਨਿਕਲ ਜਾਂਦਾ ਹੈ, ਜਦੋਂ ਬਾਹਰ ਨਿਕਲਦਾ ਹੈ ਫਿਰ ਇਹ ਪ੍ਰਕਾਸ਼ ਦੇ ਨਾਲ ਤੁਹਾਡੇ ਸਰੀਰ ਨਾਲ ਜੁੜਿਆ ਰਹੇਗਾ। ਤੁਹਾਡੇ ਸਰੀਰ ਦੇ ਆਲੇ ਦੁਆਲੇ ਕੋਈ ਹਰਕਤ ਹੋ ਰਹੀ ਹੈ, ਉਹ ਸਰੀਰ ਦੇ ਅੰਦਰ ਵੀ ਜਿਹੜਾ ਪ੍ਰਕਾਸ਼ ਹੈ ਉਹ ਸੂਖਮ ਸਰੀਰ ਨੂੰ ਦੱਸਦਾ ਰਹੇਗਾ ਕਿ ਤੇਰੇ ਆਲੇ ਦੁਆਲੇ ਆਹ ਚੱਲ ਰਿਹਾ ਹੈ। ਸਮਝ ਆਈ ਗੱਲ, ਵੀ ਤੇਰੇ ਆਲੇ ਦੁਆਲੇ ਆਹ ਚੱਲ ਰਿਹਾ। ਤੁਸੀਂ ਦੇਖਿਆ ਨੀ ਕਈ ਕਹਿੰਦੇ ਉਸ ਸੰਤਾਂ ਨੇ ਉੱਥੇ ਵੀ ਬੈਠੇ ਸੀਗੇ, ਸੰਤ ਉੱਥੇ ਦਰਸ਼ਨ ਦਿੱਤੇ, ਵੀ ਸੰਤ ਉਹਦੇ ਸਥਾਨ ਤੇ ਵੀ ਬੈਠੇ ਸੀਗੇ, ਉੱਥੇ ਵੀ ਤੁਰੇ ਫਿਰਦੇ। ਉਹ ਕਿਵੇਂ, ਉੱਥੇ ਸਰੀਰ ਬੈਠਾ ਸੀ, ਦੂਜੀ ਜਗ੍ਹਾ ਸੂਖਮ ਸਰੀਰ ਸੀਗਾ, ਸਬਟਲ ਬੋਡੀ ਕਹਿ ਦਿੰਦੇ, ਸੂਖਮ ਸਰੀਰ ਕਹਿ ਦਿੰਦੇ, ਹਨਾ। ਸੋ ਉਹ ਇਹ ਵੀ ਇੱਕ ਸਿੱਧੀ ਹੈ, ਇਹ ਪਰਮ ਸਿੱਧੀ ਕਹਿ ਦਿੰਦੇ ਇਹਨੂੰ, ਠੀਕ ਹੈ। ਇਹ 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 ਆਉਂਦੀ ਨਾਮ ਦੀ ਕਮਾਈ ਨਾਲ। ਫਿਰ ਉਹ ਜਿਹੜਾ ਸੂਖਮ ਸਰੀਰ ਹੈ, ਫਿਰ ਉਹ ਜਿੱਥੇ ਜਿੱਧਰ ਨੂੰ ਇਹਦਾ ਧਿਆਨ ਹੋਊਗਾ ਉੱਥੇ ਜਾ ਸਕਦਾ ਹੈ। ਗੁਰਮੁਖ ਰੁੱਖਾਂ ਇਸ ਤਰ੍ਹਾਂ ਜਾਂਦੀਆਂ ਨੇ, ਮੈਨੂੰ ਦੱਸਦੇ ਉਹ, ਕਹਿੰਦੇ ਅਸੀਂ ਚਲੇ ਜਾਂਦੇ ਹਾਂ। ਮੈਂ ਕਿਹਾ ਠੀਕ ਹੈ ਜੀ, ਸਮਝਦੇ ਹੋ ਗੱਲ। ਇਸੇ ਤਰ੍ਹਾਂ ਫਿਰ ਉਹੀ ਜਿਹੜਾ ਤੁਹਾਡਾ ਦਿਵ ਸਰੂਰ ਸਰੀਰ ਹੈਗਾ, ਅਣੂ ਰੂਪ ਜਿਹੜਾ ਨਿਕਾ ਜਿਹਾ, ਉਹ ਨਿਕਾ ਨਹੀਂ ਹੈਗਾ, ਉਹ ਮਤਲਬ ਹੈ ਤਾਂ ਵੱਡਾ ਉਹ, ਪਰ ਉਹ ਅੰਦਰ ਅਨੁਭਵ ਅਣੂ ਜਿੱਡਾ ਹੀ ਹੋਏਗਾ। ਉਹਨੇ ਫਿਰ ਨਿਕਲ ਕੇ ਉਹੀ ਸੱਚਖੰਡ ਨੂੰ ਜਾਂਦਾ ਉੱਪਰ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਕੋਲੇ। ਉੱਥੇ ਸਾਰੇ ਦਿਵ ਸਰੂਰ ਨੇ, ਉੱਥੇ ਆਹ ਮਿੱਟੀ ਦਾ ਭਾਂਡਾ ਨਹੀਂ ਹੈਗਾ, ਇਹ ਮਿੱਟੀ ਦਾ ਭਾਂਡਾ ਇੱਥੇ ਹੀ ਹੈ ਬਸ। ਕਈ ਲੋਕ ਧਰਮ ਦੇ ਜਿਹੜੇ ਅਨੁਭਵ ਹੁੰਦੇ ਇਹਨੂੰ ਸਾਇੰਸ ਦੇ ਨਾਲ ਕੰਪੇਅਰ ਕਰਨ ਲੱਗ ਜਾਂਦੇ, ਕਿੰਤੂ ਪਰੰਤੂ ਵਾਲੇ। ਉਹ ਸਾਇੰਸ ਹੋਰ ਚੀਜ਼ ਹੈ, ਸਾਇੰਸ ਸਾਇੰਸ ਸਥੂਲ ਚੀਜ਼ ਹੈ, ਕਿਸੇ ਵੀ ਮਲਟੀ ਇਹ ਆਤਮ ਗਿਆਨ ਹੈ, ਫਰਕ ਨਹੀਂ ਹੈਗਾ। ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੈਮੀਕਲ ਫਾਰਮੂਲੇ ਦੱਸੇ ਨੇ, ਕਿਤੇ H2O ਕੀ ਹੁੰਦਾ, CO2 ਕੀ ਹੁੰਦਾ, ਇਹ ਦੱਸਿਆ ਮਹਾਰਾਜ ਨੇ। ਮਹਾਰਾਜ ਨੇ ਉੱਥੇ ਸਥੂਲ ਦੀ ਗੱਲ ਥੋੜੀ ਕੀਤੀ ਹੈ, ਉਹ ਮਹਾਰਾਜ ਤੇ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਗੁਰਬਾਣੀ ਨੇ ਆਕਾਰ ਤੋਂ ਉੱਪਰ ਨਿਰਾਕਾਰ ਦੀ ਗੱਲ ਕਰ ਰਹੀ, ਸਾਇੰਸ ਤੇ ਤੋਲਣ ਲੱਗ ਜਾਂਦੇ। ਸਾਇੰਸ ਤਾਂ ਇਹਨੂੰ ਮੰਨਦੀ, ਸਾਇੰਸ ਨਾ ਮੰਨੇ ਫਿਰ ਸਾਇੰਸ ਨਵਾਂ ਬੰਦਾ ਜੰਮ ਕੇ ਦਿਖਾਵੇ। ਪਹਿਲਾਂ ਜਿਹੜੀ ਸਾਇੰਸ ਹੈ ਬੰਦੇ ਵਾਸਤੇ ਸੁਗਾਤ ਹੈ, ਇੱਕ ਇਹਨੂੰ ਬਖਸ਼ਿਸ਼ ਹੈ ਵਾਹਿਗੁਰੂ ਦੀ। ਜਦੋਂ ਉਹ ਅਣੋ ਅੰਦਰੋਂ ਫਿਰ ਸਰੀਰ ਚੋਂ ਨਿਕਲ ਕੇ ਫਿਰ ਉਹ ਟਰੈਵਲ ਕਰਦਾ ਇੱਧਰ ਉੱਧਰ, ਇੱਧਰ ਉੱਧਰ ਜਾਂਦਾ, ਬੜੀ ਸੋਹਣੀ ਦੁਨੀਆ ਅਕਾਲ ਪੁਰਖ ਦੀ ਬਣਾਈ ਹੋਈ। ਫਿਰ ਉੱਪਰਲੇ ਬ੍ਰਹਿਮੰਡ ਜਿੱਥੇ ਤੱਕ ਅਜੇ ਤੱਕ ਕੁਛ ਪਹੁੰਚ ਨਹੀਂ ਨਾ ਸਕਿਆ, ਉੱਥੇ ਫਿਰ ਉਹ ਪ੍ਰਕਾਸ਼ ਰੂਪ ਜਿਹੜਾ ਅਣੂ ਰੂਪ ਹੈ ਉਹ ਲਾਈਟ ਦੀ ਸਪੀਡ ਤੋਂ ਵੀ ਬਹੁਤ ਜ਼ਿਆਦਾ ਤੇਜ਼ ਹੈ। ਲਾਈਟ ਦੀ ਸਪੀਡ ਹੁੰਦੀ ਨਾ, ਆਪਾਂ ਟੋਰਚ ਔਨ ਕਰਦੇ ਇੱਕਦਮ ਲਾਈਟ ਪੈਂਦੀ, ਬੱਲਬ ਔਨ ਕਰਦੇ ਇੱਕਦਮ ਲਾਈਟ ਜਗਦੀ, ਲਾਈਟ ਦੀ ਸਭ ਤੋਂ ਫਾਸਟ ਲਾਈਟ ਹੀ ਹੈ, ਸਭ ਤੋਂ ਫਾਸਟ ਲਾਈਟ ਦੀ ਸਪੀਡ ਹੈ। ਉਹ ਜਿਹੜਾ ਸੂਖਮ ਸਰੀਰ ਹੈ ਫਿਰ ਉਹ ਹੀ ਟਰੈਵਲ ਕਰਦਾ ਉੱਪਰ ਨੂੰ, ਉਹੀ ਆਤਮਾ ਹੈ। ਉਹਨੂੰ ਹੀ ਕਬੀਰ ਜੀ ਨੇ ਕਿਹਾ, ਕਹੋ ਕਬੀਰ ਇਹ ਰਾਮ ਕੀ ਅੰਸ, ਭਗਤਾਂ ਨੇ ਕਿਹਾ ਗੁਰਬਾਣੀ 'ਚ। ਸਤਿਗੁਰੂ ਜੀ ਦੇ ਪਿਆਰੇ, ਇਹ ਸਾਰੀ ਚੀਜ਼ ਇਸ ਤਰ੍ਹਾਂ ਹੈ, ਜਿਵੇਂ ਜਿਵੇਂ ਤੁਸੀਂ ਇਹ ਹੁਣ ਬਹੁਤ ਲੰਬਾ ਹੋ ਜਾਣਾ, ਫਿਰ ਚਲੋ ਹੋਰ ਵੀ ਥੋੜ੍ਹਾ ਦੱਸ ਦਿੰਦੇ। ਜਿਹੜੀਆਂ ਇਹ ਜਿਵੇਂ ਹੁਣ ਅਣੂ ਹੋ ਗਿਆ, ਆਤਮ ਹੋ ਗਿਆ ਅੰਦਰੋਂ, ਉਹ ਅਣੂ ਜਿਹੜਾ ਹੈ ਉਹ ਵੀ ਅਲੋਪ ਹੋ ਜਾਂਦਾ ਹੈ। ਅਣੂ ਨਹੀਂ ਹੈ ਸਭ 'ਚ, ਅਣੂ ਮੈਨੂੰ ਕਹਿਣਾ ਪੈ ਰਿਹਾ, ਅੰਸ਼ ਹੈ ਉਹ ਆਤਮਾ ਦਾ।
ਉਹ ਵੀ ਫਿਰ ਜਦੋਂ ਨਿਰਗੁਣ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ, ਉਹ ਆਪ ਅਲੋਪ ਹੀ ਹੋ ਜਾਂਦਾ ਹੈ। ਜਲ ਕਾ ਜਲ ਹੋਰ ਰਾਮ ਵਾਲਾ ਕੰਮ ਹੋ ਜਾਂਦਾ, ਫਿਰ ਉਹ ਆਤਮ ਰੂਪ ਹੋ ਕੇ ਟਿਕਿਆ ਰਹਿੰਦਾ, ਵਾਹਿਗੁਰੂ ਦਾ ਹੀ ਸਰੂਪ ਹੋ ਕੇ। ਬਸ ਇੱਕ ਸਮਾਧੀ, ਇੱਕ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ, ਇਸ ਅਵਸਥਾ 'ਚ ਟਿਕਿਆ ਰਹਿੰਦਾ, ਵਾਹਿਗੁਰੂ ਇਸ ਅਵਸਥਾ 'ਚ ਹੈ, ਸਮਝਦੇ। ਫਿਰ ਜਦੋਂ ਇਹ ਪ੍ਰਕਾਸ਼ ਰੂਪ ਚੀਜ਼ ਹੋ ਜਾਂਦੀ ਨਾ, ਫਿਰ ਉਹ ਬਹੁਤ ਕੁਛ, ਬਹੁਤ ਵੱਡੀ ਖੇਡ ਖੁੱਲ੍ਹ ਜਾਂਦੀ ਫਿਰ ਉਹਦੇ ਲਈ, ਬਹੁਤ ਵੱਡੀ। ਇਸ ਜਿਹੜੀਆਂ ਰੂਹਾਂ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਉਹ ਫਿਰ ਮਨੁੱਖਤਾ ਦੇ ਭਲੇ ਲਈ ਕੰਮ ਕਰਦੀਆਂ ਨੇ, ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਉਹ ਫਿਰ ਮਨੁੱਖਤਾ ਦੇ ਭਲੇ ਲਈ ਕੰਮ ਕਰਦੀਆਂ ਨੇ, ਠੀਕ ਹੈ ਨਾ। ਉਹ ਫਿਰ ਕਿਵੇਂ ਕੰਮ ਕਰਦੇ ਨੇ, ਸਾਰਾ ਸੂਖਮ ਮੰਡਲ ਹੈ, ਇਹ ਸਾਰੀ ਆਤਮ ਸਾਇੰਸ ਹੈ। ਕੋਈ ਵਿਰਲਾ ਵਿਰਲਾ ਇੱਧਰ ਨੂੰ ਦਿਮਾਗ ਲੜਾਉਂਦਾ ਹੈ, ਬਾਕੀ ਤਾਂ ਕਿੰਤੂ ਹੀ ਕਰ ਜਾਂਦੇ, ਨਾ ਨਾ ਨਾ, ਐ ਜਿਵੇਂ ਉਹ ਮੱਝ ਨੀ ਸਿਰ ਮਾਰਦੀ, ਨਾ ਨਾ ਨਾ, ਐਂ ਕਰਦੇ ਹਨਾ, ਮੱਝ ਮੱਝਾਂ ਹੁੰਦੀਆਂ ਨਾ ਪਿੰਡਾਂ 'ਚ, ਕਿੰਤੂ ਪਰੰਤੂ ਵਾਲੇ ਵੀ ਐਂ ਕਰਦੇ, ਨਾ ਨਾ ਨਾ, ਸਿਰ ਮਾਰਦੇ ਹਨਾ। ਇਹਨਾਂ ਨੂੰ ਥੋੜ੍ਹਾ ਜਿਹਾ ਐਂ ਸਮਝਾਉਣਾ ਪੈਂਦਾ, ਸੰਗਤ ਜੀ ਇਹ ਸਮਝਦੇ ਨਹੀਂ ਹੈਗੇ। ਸੋ ਇਹ ਕਿੰਤੂ ਪਰੰਤੂ ਵਾਲੇ ਐਂ ਸਿਰ ਮਾਰ ਜਾਂਦੇ, ਪਰ ਜਿਹੜੇ ਗਿਆਨਵਾਨ ਲੋਕ ਹੁੰਦੇ ਉਹ ਖੋਜ ਕਰਦੇ, ਜਿਹੜੇ ਕਿੰਤੂ ਪਰੰਤੂ ਵਾਲੇ ਲੋਕ ਨੇ ਉਹ ਇੱਕੋ ਹੀ ਗਿਆਨ 'ਤੇ ਟਿਕੇ ਹੋਏ, ਸਿਰਫ ਬਾਹਰੀ ਗਿਆਨ 'ਤੇ। ਅੰਤਰ ਗਿਆਨ ਹੈਗਾ ਆ, ਗਿਆਨ ਖੰਡ ਜਾਣਾ ਚਾਹੁੰਦੇ ਤਾਂ ਅਭਿਆਸ ਕਰੋ। ਕਥਾ ਤਾਂ ਜਿੰਨੀ ਮਰਜ਼ੀ ਸੁਣੀ ਚੱਲੋ, ਨੈੱਟ 'ਤੇ ਕੱਢੀ ਚੱਲੋ, ਕਥਾ ਹੀ ਹੈ, ਜਿੰਨੀ ਮਰਜ਼ੀ ਨਾਲ ਅਭਿਆਸ ਕਰੋ। ਐ ਨੀ ਗੱਲ ਬਣਦੀ ਹੁੰਦੀ, ਗੱਲਾਂ ਸੁਣ ਸੁਣ ਕੇ, ਇਕੱਲੇ ਇਕੱਲੇ ਨਹੀਂ, ਅਭਿਆਸ ਕਰਕੇ ਅੰਦਰ ਜਾਓ, ਮੂਲ ਮੰਤਰ ਸਾਹਿਬ ਦਾ ਲਗਾਤਾਰ ਅਭਿਆਸ ਕਰੋ, 2 ਘੰਟੇ 2.5 ਘੰਟੇ ਲਗਾਤਾਰ ਬੈਠ ਕੇ ਅਭਿਆਸ ਕਰੋ, ਫਿਰ ਅਵਸਥਾ ਖੁੱਲੂਗੀ। ਕਈ ਵਿੱਚ ਹੀ ਛੱਡ ਜਾਂਦੇ, ਸਾਡੇ ਤਾਂ ਹੋਇਆ ਨਹੀਂ, ਹੋਣਾ ਤਾਂ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ, ਮਹਾਰਾਜ ਦੀ ਕਿਰਪਾ ਆਉਂਦੀ, ਫਿਰ ਕਿਰਪਾ ਹੋ ਜਾਂਦੀ। 4 ਵਾਰੀ 1.25 ਲੱਖ ਤੋਂ ਬਾਅਦ ਤੁਸੀਂ ਆਪੇ ਬਦਲ ਜਾਣਾ, ਤੁਸੀਂ ਕਹਿਣਾ ਵਾਹ, ਪਹਿਲੀ ਗੱਲ ਤਾਂ 1.25 ਲੱਖ ਹੀ ਬੰਦੇ ਦਾ ਜੀਵਨ ਬਦਲ ਦਿੰਦਾ, ਇੱਕੋ ਹੀ।